ਸੁਪਨੇ ਵੀ ਤਾਂ ਇਹ ਸੁਪਨਾ ਵੀ ਤਾਂ ਤੁਮ ਪਰ ਗਿਆ ਹੈ। 6 ਬਦਮਾਸ਼ਾਂ ਦੇ ਵੱਲੋਂ 2 ਨੌਜਵਾਨਾਂ ਦੇ ਨਾਲ ਪਿੰਡ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ਼ ਦੇ ਲਈ ਸੜਕ ਦੇ ਉੱਤੇ ਧਰਨਾ ਦੇ ਦਿੱਤਾ ਹੈ। ਸੜਕ ਦੇ ਵਿਚਕਾਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਤਾਂ ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਇੱਕ ਪਿੰਡ ਦੇ ਵਿੱਚ ਜਦੋਂ 2 ਨੌਜਵਾਨ ਖੜ੍ਹੇ ਹੁੰਦੇ ਨੇ ਤਾਂ 6 ਬਦਮਾਸ਼ ਅਚਾਨਕ ਹੀ ਉਹਨਾਂ ਦੇ ਉੱਤੇ ਆਉਂਦੇ ਨੇ ਅਤੇ ਹਮਲਾ ਕਰ ਦਿੰਦੇ ਨੇ। ਹਮਲਾ ਕਰਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ 2 ਨੌਜਵਾਨਾਂ ਦੇ ਉੱਤੇ ਕਈ ਵਾਰ ਕੀਤੇ ਜਾਂਦੇ ਨੇ, ਜਿਸ ਦੇ ਵਿੱਚ 1 ਨੌਜਵਾਨ ਦੀ ਬੁਰੇ ਤਰੀਕੇ ਦੀ ਵੱਢ ਟੁੱਕ ਕੀਤੀ ਗਈ ਹੈ, ਜਿਸ ਦੇ ਕਾਰਨ ਉਸਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ਼ ਹੈ ਇਸ ਨੂੰ ਲੈ ਕੇ ਅਤੇ ਉਹਨਾਂ ਦੇ ਵੱਲੋਂ ਹੁਣ ਰੋਸ ਪ੍ਰਦਰਸ਼ਨ ਜੋ ਹੈ ਸੜਕ 'ਤੇ ਕੀਤਾ ਜਾ ਰਿਹਾ। ਦੂਜੇ ਪਾਸੇ ਹੁਣ ਪੁਲਿਸ ਅਧਿਕਾਰੀ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕਿਸੇ ਦਾ ਕੋਈ ਦੇਣਾ ਲੈਣਾ ਸੀ, ਪਰ ਉਸ ਦੇ ਉੱਤੇ ਹਮਲਾ ਕਿਉਂ ਕੀਤਾ ਗਿਆ ਅਤੇ ਕਿਹਨਾਂ ਦੇ ਵੱਲੋਂ ਕੀਤਾ ਗਿਆ ਇਸ ਦਾ ਜਲਦ ਤੋਂ ਜਲਦ ਪੁਲਿਸ ਪਤਾ ਲਗਾਵੇ। ਪੁਲਿਸ ਦੇ ਵੱਲੋਂ ਵੀ ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੇ ਜਾ ਰਹੇ ਨੇ। ਫਿਲੌਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੇ ਵਿੱਚ ਵੜ ਕੇ 6 ਬਦਮਾਸ਼ਾਂ ਦੇ ਵੱਲੋਂ 2 ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਮੇਰਾ ਭਰਾ ਦੀ ਰਾਤ ਲੜਾਈ ਹੋਈ ਆ, ਠੀਕ ਆ, ਕੋਈ ਬਾਹਰੋਂ ਅਣਸ਼ਵਾਤ ਦੇ ਬੰਦੇ ਆਏ ਆ, ਠੀਕ ਆ, ਉਹਨੂੰ ਵੱਢ ਟੁੱਕ ਕੇ ਉੱਥੇ ਚਲੇ ਗਏ ਆ। ਕਿੰਨੇ ਮੁੰਡੇ ਇੰਜਰਡ ਹੋਏ ਆ? 5-6 ਜਾਣੇ ਹੋਣਗੇ। 6 ਜਾਣੇ, ਉਹਨਾਂ ਦੇ ਕਈਆਂ ਦੇ ਜ਼ਖਮੀ ਵੀ ਜ਼ਿਆਦਾ ਸੀਰੀਅਸ ਹੋਏ ਆ, ਭੇਜੇ ਬਾਹਰ, ਜਲੰਧਰ ਭੇਜੇ ਨਾ? ਜ਼ਖਮੀ ਹੋਏ ਮੇਰੇ ਭਰਾ ਦਾ ਨਾਂ ਗੁਰਦੀਪ ਕੁਮਾਰ ਆ ਤੇ ਮੁੰਡੇ ਦੂਜੇ ਦਾ ਨਾਂ ਜੱਗੀ ਆ। ਹਾਂਜੀ, ਮੰਗ ਸਾਨੂੰ ਚਾਹੀਦਾ ਆ, ਇਨਸਾਫ਼ ਚਾਹੀਦਾ। ਛੇ ਬਦਮਾਸ਼ਾਂ ਦੇ ਵੱਲੋਂ 2 ਨੌਜਵਾਨਾਂ ਦੇ ਨਾਲ ਪਿੰਡ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ਼ ਦੇ ਲਈ ਸੜਕ ਦੇ ਉੱਤੇ ਧਰਨਾ ਦੇ ਦਿੱਤਾ ਹੈ। ਸੜਕ ਦੇ ਵਿਚਕਾਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਤਾਂ ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਇੱਕ ਪਿੰਡ ਦੇ ਵਿੱਚ ਜਦੋਂ 2 ਨੌਜਵਾਨ ਖੜ੍ਹੇ ਹੁੰਦੇ ਨੇ ਤਾਂ 6 ਬਦਮਾਸ਼ ਅਚਾਨਕ ਹੀ ਉਹਨਾਂ ਦੇ ਉੱਤੇ ਆਉਂਦੇ ਨੇ ਅਤੇ ਹਮਲਾ ਕਰ ਦਿੰਦੇ ਨੇ। ਹਮਲਾ ਕਰਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ 2 ਨੌਜਵਾਨਾਂ ਦੇ ਉੱਤੇ ਕਈ ਵਾਰ ਕੀਤੇ ਜਾਂਦੇ ਨੇ, ਜਿਸ ਦੇ ਵਿੱਚ 1 ਨੌਜਵਾਨ ਦੀ ਬੁਰੇ ਤਰੀਕੇ ਦੀ ਵੱਢ ਟੁੱਕ ਕੀਤੀ ਗਈ ਹੈ, ਜਿਸ ਦੇ ਕਾਰਨ ਉਸਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ਼ ਹੈ ਇਸ ਨੂੰ ਲੈ ਕੇ ਅਤੇ ਉਹਨਾਂ ਦੇ ਵੱਲੋਂ ਹੁਣ ਰੋਸ ਪ੍ਰਦਰਸ਼ਨ ਜੋ ਹੈ ਸੜਕ 'ਤੇ ਕੀਤਾ ਜਾ ਰਿਹਾ। ਦੂਜੇ ਪਾਸੇ ਹੁਣ ਪੁਲਿਸ ਅਧਿਕਾਰੀ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕਿਸੇ ਦਾ ਕੋਈ ਦੇਣਾ ਲੈਣਾ ਸੀ, ਪਰ ਉਸ ਦੇ ਉੱਤੇ ਹਮਲਾ ਕਿਉਂ ਕੀਤਾ ਗਿਆ ਅਤੇ ਕਿਹਨਾਂ ਦੇ ਵੱਲੋਂ ਕੀਤਾ ਗਿਆ ਇਸ ਦਾ ਜਲਦ ਤੋਂ ਜਲਦ ਪੁਲਿਸ ਪਤਾ ਲਗਾਵੇ। ਪੁਲਿਸ ਦੇ ਵੱਲੋਂ ਵੀ ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੇ ਜਾ ਰਹੇ ਨੇ। ਫਿਲੌਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੇ ਵਿੱਚ ਵੜ ਕੇ 6 ਬਦਮਾਸ਼ਾਂ ਦੇ ਵੱਲੋਂ 2 ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਮੇਰਾ ਭਰਾ ਦੀ ਰਾਤ ਲੜਾਈ ਹੋਈ ਆ, ਠੀਕ ਆ, ਕੋਈ ਬਾਹਰੋਂ ਅਣਸ਼ਵਾਤੇ ਬੰਦੇ ਆਏ ਆ,
ਠੀਕ ਆ, ਉਹਨੂੰ ਵੱਢ ਟੁੱਕ ਕੇ ਉੱਥੇ ਚਲੇ ਗਏ ਆ। ਕਿੰਨੇ ਮੁੰਡੇ ਇੰਜਰਡ ਹੋਏ ਆ? 5-6 ਜਾਣੇ ਹੋਣਗੇ। 6 ਜਾਣੇ, ਉਹਨਾਂ ਦੇ ਕਈਆਂ ਦੇ ਜ਼ਖਮੀ ਵੀ ਜ਼ਿਆਦਾ ਸੀਰੀਅਸ ਹੋਏ ਆ, ਭੇਜੇ ਬਾਹਰ ਜਲੰਧਰ ਭੇਜੇ ਆ। ਹਾਂਜੀ ਹਾਂਜੀ, ਜਿਹੜੇ ਵਾਰਦਾਤ ਹੋਈ, ਕਾਰਨ ਕੀ ਸੀਗਾ? ਕਾਰਨ ਭਾਈ ਸਾਨੂੰ ਕੁਛ ਨੀ ਪਤਾ, ਸਾਨੂੰ ਕੋਈ ਕੁਛ ਨੀ ਪਤਾ। ਨਹੀਂ ਨਹੀਂ, ਸਾਨੂੰ ਕੋਈ ਨੀ ਪਤਾ। ਅਸੀਂ ਤਾਂ ਇੱਥੇ ਅੱਡੇ 'ਚ ਬੈਠੇ ਸੀਗੇ, ਮੁੰਡੇ ਪਿੱਛੋਂ ਆਏ ਆ, ਚੋਰ ਆ, ਚੋਰ ਆ। ਕੀ ਨਾਂ ਜਿਹੜੇ ਜ਼ਖਮੀ ਹੋਏ ਆ? ਜ਼ਖਮੀ ਹੋਏ ਮੇਰੇ ਭਰਾ ਦਾ ਨਾਂ ਗੁਰਦੀਪ ਕੁਮਾਰ ਆ, ਤੇ ਮੁੰਡੇ ਦੂਜੇ ਦਾ ਨਾਂ ਜੱਗੀ ਆ। ਹਾਂਜੀ, ਮੰਗ ਸਾਨੂੰ ਚਾਹੀਦਾ ਆ, ਇਨਸਾਫ਼ ਚਾਹੀਦਾ।